ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ 'ਤੇ। ਤਾਂ ਦੇਖੋ ਜੀ, ETT 98 ਜਿਹੜਾ ਪੇਪਰ ਇਹ ਹੋਣਾ, ਉਹਦੇ ਰਿਗਾਰਡਿੰਗ ਅਪਡੇਟ ਆਈ ਹੈ। ਰੋਲ ਨੰਬਰ, ਸੋਰੀ ਦੋਸਤੋ, ਐਡਮਿਟ ਕਾਰਡ ਆ ਚੁੱਕੇ ਨੇ। ਅਤੇ ਉਹ ਹੁਣ ਤੁਹਾਨੂੰ ਦੱਸਦਾ ਵੈਬਸਾਈਟ ਤੋਂ ਆਪਾਂ ਕਿਵੇਂ ਡਾਊਨਲੋਡ ਕਰਨੇ ਨੇ ਫੋਨ ਦੇ ਉੱਤੇ ਹੀ। ਕਈਆਂ ਦੇ ਫੋਨ ਦੇ ਵਿੱਚ ਇਹ ਵੈਬਸਾਈਟ ਨਹੀਂ ਚੱਲ ਰਹੀ, ਉਹਦੇ ਰਿਗਾਰਡਿੰਗ ਵੀ ਦੱਸਾਂਗਾ। ਉੱਥੇ ਤੁਹਾਨੂੰ ਇੱਕ ਸਿਕਿਉਰਿਟੀ ਇਸ਼ੂ ਸ਼ੋਅ ਹੋ ਰਿਹਾ ਹੋਏਗਾ, ਮੈਂ ਉਹ ਵੀ ਤੁਹਾਨੂੰ ਦੱਸਾਂਗਾ ਕਿਵੇਂ ਸੋਲਵ ਕਰਨਾ। ਤਾਂ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਸ਼ੇਅਰ। ਦੇਖੋ ਜੀ, ਆਹ ਔਫੀਸ਼ੀਅਲ ਵੈਬਸਾਈਟ 'ਤੇ ਹੈ, ਆਹ ਦੇਖ ਸਕਦੇ ਤੁਸੀਂ, ਐਜੂਕੇਸ਼ਨ ਰਿਕਰੂਟਮੈਂਟ ਬੋਰਡ, ETT 98। ਆਪਾਂ ਇਸ ਲਿੰਕ ਦੇ ਉੱਪਰ ਹੀ ਆਏ ਹੋਏ ਹਾਂ। ਤਾਂ ਦੇਖੋ ਜੀ, ਇਹ ਲਿੰਕ ਕਈਆਂ ਕੋਲ ਸ਼ੋਅ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ। ਦੇਖੋ, ਆਪਾਂ ਫਸਟ ਪਹਿਲਾਂ ਤਾਂ ਇੱਥੇ ਰਜਿਸਟ੍ਰੇਸ਼ਨ ਨੰਬਰ ਭਰਨਾ ਔਰ ਪਾਸਵਰਡ ਭਰਨਾ। ਜੇਕਰ ਤੁਹਾਡੇ ਕੋਲ ਪਾਸਵਰਡ ਨਹੀਂ ਆ, ਤਾਂ ਨੀਚੇ ਫੋਰਗੈਟ ਰਜਿਸਟ੍ਰੇਸ਼ਨ ਨੰਬਰ ਵੀ ਹੈਗਾ, ਠੀਕ ਹੈ। ਤਾਂ ਇਹਨੂੰ ਆਪਾਂ ਸੋਲਵ ਕਿਵੇਂ ਕਰਨਾ, ਜੇਕਰ ਉੱਥੇ ਸਿਕਿਉਰਿਟੀ ਇਸ਼ੂ ਆ ਰਿਹਾ। ਤਾਂ ਦੇਖੋ ਜੀ, ਤੁਸੀਂ ਇੱਥੇ ਡੈਸਕਟੋਪ ਸਾਈਟ ਓਨ ਕਰ ਲੈਣਾ, ਫਿਰ ਉਹ ਤੁਹਾਨੂੰ ਸਿਕਿਉਰਿਟੀ ਇਸ਼ੂ ਨਹੀਂ ਦਿਖਾਏਗਾ। ਕਿਉਂਕਿ ਦੋਸਤੋ, ਸਿਕਿਉਰਿਟੀ ਇਸ਼ੂ ਫੋਨ ਦੀ ਇੱਕ ਸੈਟਿੰਗ ਹੁੰਦੀ ਹੈ, ਉਹ ਫੋਨ ਦੇ ਵਿੱਚ ਕਿਸੇ ਵੀ ਅਨਨੈਸੈਸਰੀ ਲਿੰਕ ਨੂੰ ਓਪਨ ਨਹੀਂ ਹੋਣ ਦਿੰਦਾ, ਇਸ ਕਰਕੇ ਉਹ ਇੱਥੇ ਸ਼ੋਅ ਹੋ ਰਿਹਾ ਹੋਏਗਾ। ਸੋ ਤੁਸੀਂ ਜੇਕਰ ਇਹ ਲਿੰਕ ਨੂੰ ਸਿੱਧਾ ਓਪਨ ਕਰ ਦਿਓ ਡੈਸਕਟੋਪ ਸਾਈਟ 'ਤੇ ਜਾ ਕੇ, ਤਾਂ ਇਹ ਓਪਨ ਹੋ ਜਾਏਗਾ ਅਤੇ ਤੁਸੀਂ ਆਰਾਮ ਨਾਲ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ। ਅਤੇ ਇਹ ਲਿੰਕ ਆਪਣੇ ਟੈਲੀਗ੍ਰਾਮ ਚੈਨਲ 'ਤੇ ਵੀ ਹੋਏਗਾ, ਜਾਂ ਫਿਰ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ, ਮੈਂ ਤੁਹਾਨੂੰ ਉੱਥੇ ਵੀ ਦੇ ਦੂੰਗਾ। ਅਤੇ ਜਾਂ ਫਿਰ ਤੁਸੀਂ ਅਫੀਸ਼ੀਅਲ ਪੰਜਾਬ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ 'ਤੇ ਜਾ ਕੇ ਉੱਥੋਂ ਡਾਊਨਲੋਡ ਕਰ ਸਕਦੇ ਹੋ। ਧੰਨਵਾਦ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਦੇ ਲਈ। ਜੇਕਰ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੋਵੇ, ਤਾਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ।